ਇੱਕ ਭਿਆਨਕ ਹਾਦਸੇ ਦੇ ਵਿੱਚ 3 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਮਕਾਨ ਦਾ ਛੱਜਾ ਡਿੱਗ ਪਿਆ ਔਰ ਸਾਰਾ ਮਲਬਾ ਇਹਨਾਂ 3 ਮਾਸੂਮ ਬੱਚਿਆਂ ਦੇ ਉੱਤੇ ਡਿੱਗ ਪਿਆ। ਮੌਕੇ 'ਤੇ ਹੀ ਇਹਨਾਂ ਦੀ ਜਾਨ ਚਲੀ ਗਈ। 3 ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋਈ ਹੈ। ਕਿਰਾਏ ਦੇ ਮਕਾਨ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਸੀ ਤਾਂ ਬੱਚੇ ਬਾਹਰ ਸੀ। ਜਦੋਂ ਮੀਂਹ ਪੈ ਰਿਹਾ ਸੀ ਤਾਂ ਅਚਾਨਕ ਘਰ ਦਾ ਵਾਦਰਾ ਜਾਂ ਛੱਜਾ ਡਿੱਗ ਪਿਆ, ਜਿਸ ਦੇ ਨਾਲ ਇਹਨਾਂ 3 ਮਾਸੂਮ ਬੱਚਿਆਂ ਦੀ ਮੌਤ ਹੋ ਗਈ। 2 ਮਾਸੂਮ ਬੱਚੇ ਅਤੇ 1 ਬੱਚੀ ਦੀ ਦਰਦਨਾਕ ਮੌਤ ਹੋਈ ਹੈ। ਮਕਾਨ ਅਨਸੇਫ ਸੀ ਔਰ ਕਿਰਾਏ ਦੇ ਮਕਾਨ ਦੇ ਵਿੱਚ ਪੂਰਾ ਪਰਿਵਾਰ ਰਹਿ ਰਿਹਾ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ। ਦੂਜੇ ਬੰਨੇ ਮਕਾਨ ਦੇ ਮਾਲਕ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ। ਤਾਂ ਕਿਰਾਏ ਦੇ ਮਕਾਨ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਸੀ, ਜਿਨ੍ਹਾਂ ਦੇ 3 ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਘਰ ਦਾ ਛੱਜਾ ਜਾਂ ਵਾਦਰਾ ਡਿੱਗ ਪਿਆ, ਸਾਰਾ ਮਲਬਾ ਇਹਨਾਂ 3 ਮਾਸੂਮ ਬੱਚਿਆਂ ਦੇ ਉੱਪਰ ਡਿੱਗ ਗਿਆ। ਮੌਕੇ 'ਤੇ ਹੀ ਇਹਨਾਂ ਦੀ ਜਾਨ ਚਲੀ ਗਈ। ਪੁਲਿਸ ਦੇ ਵੱਲੋਂ ਬਾਕੀ ਦੇ ਕਿਰਾਏ ਦੇ ਮਕਾਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਤਾਂ ਜੋ ਅਜਿਹੀ ਘਟਨਾ ਫਿਰ ਨਾ ਘਟੇ। ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਜੋ ਅਨਸੇਫ ਮਕਾਨ ਨੇ ਉਹਨਾਂ ਦੇ ਵਿੱਚ ਖਤਰਾ ਬਣਿਆ ਹੋਇਆ, ਤਾਂ ਘਰ ਦਾ ਛੱਜਾ ਜਿਹੜਾ ਡਿੱਗ ਪਿਆ। ਕਿਰਾਏ ਦਾ ਮਕਾਨ ਕਾਫੀ ਪੁਰਾਣਾ ਬਣਿਆ ਹੋਇਆ ਸੀ, ਬੱਚੇ ਬਾਹਰ ਸੀ ਤਾਂ ਉਹਨਾਂ 'ਤੇ ਸਾਰਾ ਮਲਬਾ ਡਿੱਗ ਪਿਆ। ਮੌਕੇ 'ਤੇ ਹੀ 3 ਇਹਨਾਂ ਮਾਸੂਮ ਬੱਚਿਆਂ ਦੀ ਮੌਤ ਹੋਈ ਹੈ। ਇਹ ਮਾਮਲਾ ਫਰੀਦਾਬਾਦ ਦੇ ਸਿੱਕਰੀ ਪਿੰਡ ਤੋਂ ਸਾਹਮਣੇ ਆਇਆ ਹੈ। ਦੀਵਾਰ ਗਿਰ ਗਿਆ। ਕੈਸੇ ਗਿਰਾ, ਕਿਆ ਕੁਛ ਪਤਾ ਲਗਾ, ਕੌਣ ਉਸਕੇ ਨੀਚੇ? ਆਪਣੇ ਆਪ ਗਿਰ ਗਿਆ। ਅੱਛਾ, ਬਾਰਿਸ਼ ਕੀ ਵਜ੍ਹਾ ਸੇ ਗਿਰੀ ਹੈ? ਹਾਂ, ਬਾਰਿਸ਼ ਕੀ ਵਜ੍ਹਾ ਸੇ। ਅੱਛਾ, ਕਮਜ਼ੋਰ ਬਿਲਡਿੰਗ ਕਹਿ ਸਕਦੇ ਹੈਂ, ਮਤਲਬ ਕਮਜ਼ੋਰ ਛੱਜਾ ਔਰ ਕਦਰ। ਹਾਂ, ਕਮਜ਼ੋਰ ਬਹੁਤ ਥਾ, ਉਸ ਪੇ ਪਹਿਲੇ ਵੀ ਐਸਾ ਕਰਕੇ ਹਿਲਾਤਾ ਥਾ ਤੋ ਉਹ ਹਿਲਤਾ ਥਾ ਦਵਾ। ਅੱਛਾ, ਹਾਂ। ਕਿਤਨੇ ਬੱਚੇ ਥੇ ਉਸ ਟਾਈਮ ਨੀਚੇ? 3 ਬੱਚਾ। ਤਿੰਨਾਂ ਦਾ ਕੀ ਕੀ ਨਾਮ ਹੈ ਬੱਚੋ ਦਾ? ਇੱਕ ਬੜੀ ਵਾਲਾ ਕਾ ਨਾਮ ਹੈ ਆਕਾਸ਼, ਉਸਕੇ ਬਾਅਦ ਲੜਕੀ ਕਾ ਮੁਸਕਾਨ, ਆ ਛੋਟਾ ਵਾਲਾ ਲੜਕਾ ਕਾ ਆਦਿਕ। ਤਿੰਨੋਂ ਬੱਚੇ ਡੈਡ ਹੋ ਗਏ? ਹਾਂ। ਤੇ ਮਾਤਾ ਪਿਤਾ ਕਹਾਂ ਪਿਆ ਲੱਗੇ ਹੈ ਉਹਨੇ ਮਰਵਾ? ਇਹ ਹੈ ਕਿ ਬਾਹਰ ਨਿਕਲ ਆ ਰਹਾ ਹੂੰ ਨਾ, ਉਸ ਵਿੱਚ ਵਾ ਕੇ ਮੁਹੱਬਤ ਕਰ ਸਕਦੇ। ਕਿੰਨੇ ਬੱਚੇ ਤੇ ਉਹਨਾਂ ਕੇ ਟੋਟਲ? 5 ਤੇ। 5 ਬੱਚੇ ਤੇ? ਹਾਂ। 3 ਛੋਟੇ ਛੋਟੇ, ਦੋ ਲੜਕਾ ਖਤਮ ਹੋ ਗਿਆ, ਇੱਕ ਲੜਕੀ ਖਤਮ ਹੋ ਗਿਆ, ਦੋ ਲੜਕੀ ਆ ਜੀ। ਕਿੰਨੀ ਉਮਰ ਤੇ ਇਹਨਾਂ ਬੱਚੋ ਦੀ? ਇੱਕ ਕੇ 12 ਸਾਲ, ਇੱਕ ਬਾਰ ਬੜੇ ਵਾਲਾ 12 ਸਾਲ, ਇੱਕ 10 ਸਾਲ, ਇੱਕ 8 ਸਾਲ। ਇਹ ਕਿਆ ਹੈ ਕਿ ਇਹ ਛੱਜਾ ਥਾ, ਇਹ ਛੱਜਾ ਗਿਰ ਗਿਆ ਥਾ, ਇਹ ਬਾਰਿਸ਼ ਕੀ ਵਜ੍ਹਾ ਸੇ। ਹਾਂਜੀ, ਇਹ ਬੱਚੇ ਬੈਠੇ ਹੋਏ ਤੇ ਇਹ ਕਿਰਾਏ ਪੇ ਰਹਤੀ ਹੈ, ਇਸਮੇ 10 ਫੈਮਿਲੀ ਰਹਤੀ ਹੈ। ਅੱਛਾ, ਹਾਂ। ਔਰ ਇਸਮੇ ਜੈਸੇ ਬੱਚੇ, 3 ਬੱਚੇ ਮੌਕੇ ਪਰ ਹੀ ਉਨਕੀ ਮੌਤ ਹੋ ਗਈ। ਕਿਆ ਕਿਆ ਨਾਮ ਥਾ ਬੱਚੋ ਕੇ, ਕਹਾਂ ਕੇ ਰਹਨੇ ਵਾਲੇ ਤੇ ਕੁਛ? ਇਹ ਬਿਹਾਰ ਕੇ ਰਹਨੇ ਵਾਲੇ ਹੈ। ਅੱਛਾ, ਇਸਮੇ ਕਿਤਨੇ ਪਰਿਵਾਰ ਰਹਤੇ ਹੈ? ਇਸਮੇ 10 ਪਰਿਵਾਰ ਰਹਤੇ ਹੈ, 10 ਕਮਰੇ ਬਨੇ ਹੋਏ ਹੈ ਅਟੈਚ। ਅੱਛਾ, ਹਾਂ। ਤੋ ਇਹ ਕਿਸ ਟਾਈਮ ਹੋਇਆ ਥਾ ਹਾਦਸਾ? ਇਹ ਸ਼ਾਮ ਕੋ ਹੋਇਆ ਥਾ। ਸ਼ਾਮ ਕੋ ਹੋਇਆ ਥਾ। ਫਿਲਹਾਲ ਬੱਚੋ, ਬਾਕੀ ਕਿਸੇ ਹੋਰ ਚੋਟ ਤੋ ਨਹੀਂ ਲਗੀ ਇਸ ਕੇ ਇਲਾਵਾ? ਬਾਕੀ ਕਿਸੇ ਕੋ ਨਹੀਂ ਲਗੀ। ਲਗਭਗ ਕਿਤਨੇ ਬੱਚੇ ਖੇਲ ਰਹੇ ਥੇ ਉਸ ਟਾਈਮ, ਕੁਛ ਪਤਾ ਹੋ ਆਪਕੋ? ਇਸਮੇ 3 ਛੋਟੇ ਬੱਚੇ ਥੇ, ਦੋ ਬੜੇ ਥੇ। ਅੱਛਾ, ਹਾਂ। ਬੱਚੋ ਕੀ ਮੌਸੀ ਥੀ ਇਹ? ਅੱਛਾ, ਹਾਂਜੀ।